ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੇ ਪੰਜਾਬੀ ਚੈਨਲ ਹਿੰਦ ਪੰਜਾਬ ਵਿੱਚ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਕੁਝ ਜੋ ਵੱਡੇ ਨੇਤਾਵਾਂ ਨੇ ਮਰਨ ਵਾਰਤ ਰੱਖੇ ਉਹਨਾਂ ਦਾ ਕੀ ਹੋਇਆ ਕੀ ਅੰਜਾਮ ਸੀ ਕਿਉਂ ਰੱਖੇ ਗਏ ਸੀ ਬਹੁਤ ਇੱਕ ਲੰਬੀ ਟਰੈਡੀਸ਼ਨ ਹੈ ਸਾਡੇ ਪੰਜਾਬ ਦੀ ਸਟਰਗਲ ਵਿਦ ਮਰਨਵਰਤ ਰੱਖ ਖੜੀ ਜਾਇਜ਼ ਨੇ ਕਿ ਨਹੀਂ ਜਾਇਜ਼ ਨੇ ਆਪਾ ਉਸ ਕੇ ਸੇਚ ਨਹੀਂ ਜਾਵਾਂਗੇ ਪਰ ਅੱਜ ਜੋ ਇੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਪਿਛਲੇ ਤਿੰਨ ਇੱਕ ਦਿਨਾ ਤੋਂ ਮਰਨਵਰਤ ਰੱਖਿਆ ਹੋਇਆ ਹੈ ਕਿਸਾਨ ਆਗੂ ਨੇ ਬੜਾ ਅੱਛਾ ਉਹਨਾਂ ਦਾ ਰੈਪਿਊਟੇਸ਼ਨ ਹੈ ਆਪਣੀਆਂ ਮੰਗਾਂ ਲਈ ਦੇਖੋ ਇਸ ਦੇਸ਼ ਵਿੱਚ ਕੀ ਕੀ ਕਰਨਾ ਪੈ ਰਿਹਾ ਸਾਡੇ ਆਗੂਆਂ ਨੂੰ ਤੇ ਕਿਸਾਨਾਂ ਨੂੰ ਕੋਈ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣ ਰਹੀਆਂ ਕੋਈ ਵੀ ਪੋਲੀਟੀਕਲ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਭਾਵੇਂ ਉਹ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਆਮ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਇੱਕ ਦੌਰ ਸੀ ਜਦੋਂ ਕਿਸਾਨਾਂ ਦੀਆਂ ਮੰਗਾਂ ਤੇ ਪੰਜਾਬ ਦੇ ਕਿਸਾਨਾਂ ਦੀ ਖਾਸ ਤੌਰ ਤੇ ਪੂਰਾ ਪੰਜਾਬ ਇਕੱਠਾ ਹੋ ਜਾਂਦਾ ਸੀ ਲੇਕਿਨ ਅੱਜ ਸ਼ਾਇਦ ਉਹਨਾਂ ਦੀਆਂ ਗੱਲਾਂ ਸੁਣਨ ਵਾਲਾ ਕੋਈ ਨਹੀਂ ਹੈ ਤਕਲੀਫਾਂ ਸੁਣਨ ਵਾਲਾ ਕੋਈ ਨਹੀਂ ਹੱਲ ਕਰਨ ਦੀ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ ਸੋ ਜਦੋਂ ਮੈਨੂੰ ਥੋੜੀ ਤਕਲੀਫ ਹੋਈ ਇਸ ਗੱਲ ਦੀ ਕਿ ਇੱਕ ਬਜ਼ੁਰਗ ਕਿਸਾਨ ਨੇ ਤਾਂ ਆਪਣੀ ਜ਼ਿੰਦਗੀ ਦਾਤੇ ਲਗਾ ਰਿਆ ਕਿਉਂਕਿ ਉਹਨਾਂ ਦੀਆਂ ਗੱਲਾਂ ਸੁਣੀਆਂ ਨਹੀਂ ਜਾ ਰਹੀਆਂ ਸੁਣੀਆਂ ਜਾ ਰਹੀਆਂ ਤਾਂ ਖਾਲੀ ਦਿਖਾਵੇ ਰਹੀ ਜਾਂ ਉਪਰੋਂ ਉਪਰੋਂ ਸੀਰੀਅਸਨੈਸ ਨਜ਼ਰ ਨਹੀਂ ਆ ਰਹੀ ਕਮਿਟਮੈਂਟ ਕਿਤੇ ਨਜ਼ਰ ਨਹੀਂ ਆ ਰਹੀ ਤੋ ਜਦੋਂ ਮੈਂ ਇਹ ਖਬਰਾਂ ਪਿਛਲੇ 3 ਦਿਨਾਂ ਤੋਂ ਦੇਖ ਰਿਆ ਸੀ ਸੋਸ਼ਲ ਮੀਡੀਆ ਤੇ ਟੀਵੀ ਤੇ ਤਾਂ ਮੈਨੂੰ ਪੁਰਾਣਾ ਗੱਲ ਪੁਰਾਣੀਆਂ ਗੱਲਾਂ ਯਾਦ ਆਈਆਂ ਜੋ ਮੈਂ ਕਾਫੀ ਨਜ਼ਦੀਕੋਂ ਦੇਖੀਆਂ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਇਹੋ ਜੇ 3-4 ਇਨਸਾਨ ਸਜ਼ਾਇਆ ਜਦੋਂ ਵੱਡੇ ਲੀਡਰਾਂ ਨੇ ਮਰਨ ਵਰਤ ਰੱਖੇ 1966 ਤੋਂ ਪਹਿਲਾਂ ਜਦੋਂ ਪੰਜਾਬੀ ਸੂਬਾ ਲੈਣ ਲਈ ਸਟਰਗਲ ਚੱਲ ਰਹੀ ਥੀ ਤਾਂ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਇਆ ਕਰਦੇ ਸੀ। ਔਰ ਉਹਨਾਂ ਦੀ ਪੰਜਾਬੀ ਸੂਬੇ ਦੀ ਮੰਗ ਦੇ ਨਾਲ ਭਾਜਪਾ ਦੇ ਕੁਝ ਲੀਡਰ ਵੀ ਸਹਿਮਤ ਸੀ ਜਿਨ੍ਹਾਂ ਚੋਂ ਡਾਕਟਰ ਬਲਦੇਵ ਪ੍ਰਕਾਸ਼ ਸਭ ਤੋਂ ਵੱਡੇ ਲੀਡਰ ਜਿਸ ਨੂੰ ਉਦੋਂ ਭਾਰਤੀ ਜਨ ਸੰਗ ਭਾਰਤੀ ਵੀ ਨਹੀਂ ਖਾਦੀ ਜਨ ਸੰਗ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਭਾਰਤੀ ਜਨ ਸੰਗ ਬਣੀ ਫਿਰ ਭਾਰਤੀ ਜਨਤਾ ਪਾਰਟੀ ਬਣੀ ਪਰ ਜੋ ਇਹਨਾਂ ਦਾ ਕਾਰਨ ਹੈ ਜੋ ਲੋਕ ਨੇ ਉਹ ਹੀ ਨੇ ਨਾਮ ਬਦਲੇ ਨੇ ਕਰੈਕਟਰ ਪਾਰਟੀ ਦਾ ਉਹੀ ਹੈ ਉਸੇ ਤਰ੍ਹਾਂ ਕਮਿਊਨਿਸਟ ਪਾਰਟੀ ਸੀਪੀਆਈ ਦੇ ਲੀਡਰ ਸਤਪਾਲ ਡਾਂਗ ਜੋ ਚੇਰਟਾ ਅੰਮ੍ਰਿਤਸਰ ਦੇ ਨੇੜੇ ਬਹੁਤ ਵੱਡੇ ਵਰਕਰਸ ਲੀਡਰ ਸੀ ਪੂਰਾ ਪੰਜਾਬ ਉਹਨਾਂ ਦੀ ਇੱਜ਼ਤ ਕਰਦਾ ਸੀ ਉਸੇ ਤਰ੍ਹਾਂ ਸੀਪੀਐਮ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸ ਉਹਦੇ ਨੇਤਾ ਹਰਕਿਚਨ ਸਿੰਘ ਸਰਜੀਤ ਉਹ ਇਸ ਦਿਨਾਂ ਪੂਰੀ ਤਰ੍ਹਾਂ ਸੀ ਔਰ ਤੁਹਾਨੂੰ ਪਤਾ ਹੀ ਹੈ ਕਿ ਬਾਕੀ ਪੰਜਾਬ ਦੇ ਲੀਡਰ ਵੀ ਇੱਕਜੁੱਟ ਹੋ ਕੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਦੀ ਜੋ ਸਟਰਗਲ ਚੱਲ ਰਹੀ ਸੀ ਉਹਦੇ ਨਾਲ ਜੁੜੇ ਹੋਏ ਸੀ ਹਾਲਾਂਕਿ ਕੁਝ ਉਸ ਸਮੇਂ ਵੀ ਇਹਨੀਆਂ ਸੰਸਥਾਵਾਂ ਸਨ ਜਿਨ੍ਹਾਂ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਮੰਨਣ ਤੋਂ ਇਨਕਾਰ ਕਰਦੇ ਹੋਏ ਮਰਦਮਸ਼ੁਮਾਰੀ ਵਿੱਚ ਆਪਣੀ ਮਾਤਰਾ ਭਾਸ਼ਾ ਮਾਂ ਬੋਲੀ ਮਾਂ ਬੋਲੀ ਹਿੰਦੀ ਲੱਭਾਈ ਲੇਕਿਨ ਬਚੇ ਦੀ ਕਾਲੇ ਸੀਕੇ ਜਦੋਂ ਉਹ ਕਹਿੰਦੇ ਸੀ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਹਿੰਦੀ ਹੈ ਉਹ ਪੰਜਾਬੀ ਚ ਬੋਲ ਕੇ ਕਹਿੰਦੇ ਸੀ ਉਦੋਂ ਕਾਫੀ ਰੌਲਾ ਵੀ ਪਿਆ ਲੋਕਾਂ ਦੀ ਵੇਝਤੀ ਵੀ ਹੋਈ ਹਾਸੋ ਹੀਣੀਆਂ ਗੱਲਾਂ ਵੀ ਹੋਈਆਂ ਲੇਕਿਨ ਖੈਰ ਪੋਲਿਟਿਕਸ ਸਪੋ ਚੱਲਦਾ ਲੇਕਿਨ ਅਲਟੀਮੇਟਲੀ 1966 ਵਿੱਚ ਪੰਜਾਬੀ ਸੂਬਾ ਬਣਦਾ ਹੈ ਉਸ ਤੋਂ ਪਹਿਲਾਂ ਸੰਤਪਤੇ ਸਿੰਘ ਜੋ ਅਕਾਲੀ ਦਲ ਦੇ ਪ੍ਰਧਾਨ ਸੀ ਸ਼ੋਮਣੀ ਅਕਾਲੀ ਦਲ ਦੇ ਉਹਨਾਂ ਨੇ ਮਰਨ ਵਰਤ ਰੱਖਿਆ ਇੱਕ ਆ ਇੱਕ ਪਹਿਲਾ ਰੱਖਿਆ ਸ਼ਾਇਦ ਇੱਕ ਬਾਅਦ ਚ ਰੱਖਿਆ ਮੈਨੂੰ ਪੂਰੀ ਤਨਾ ਯਾਦ ਨਹੀਂ ਲੇਕਿਨ ਦੋ ਮਰਨ ਵਰਤ ਉਹਨਾਂ ਨੇ ਰੱਖੇ ਤੇ ਉਹ ਤੀਸਰੀ ਵਾਰੀ ਆ ਆਪਣੇ ਆਪ ਨੂੰ ਜਿਹਨੂੰ ਆਪਾਂ ਕਹਿੰਦੇ ਆ ਅਗਨੀ ਦੇ ਸਪੁਰਦ ਕਰਨ ਦੀ ਗੱਲ ਵੀ ਰੱਖੀ ਸੀ ਇੱਕ ਹਵਨ ਕੁੰਡ ਬਣਾਇਆ ਗਿਆ ਸੀ ਆ ਦਰਬਾਰ ਸਾਹਿਬ ਦੇ ਨਾਲ ਲੱਗਦੇ ਤਖਤ ਜੋ ਸਾਡੇ ਅਕਾਲ ਤਖਤ ਸਾਹਿਬ ਦੀ ਜੋ ਇਮਾਰਤ ਹੈ ਉਹਦੇ ਨਾਲ ਇੱਕ ਸਿਵਿਲিয়ান ਬਿਲਡਿੰਗ ਲੱਗਦੀ ਹੁੰਦੀ ਸੀ ਅੱਜ ਕੱਲ ਤਾਂ ਬਹੁਤ ਕੁਝ ਬਦਲ ਗਿਆ ਉਦੋਂ ਬੜਾ ਕੰਡੈਂਸਟਿਡ ਏਰੀਆ ਸੀ ਉਸ ਨਾਲ ਲੱਗਦੀ ਸਿਵਿਲিয়ান ਬਿਲਡਿੰਗ ਦੀ ਛੱਤ ਤੇ ਇੱਕ ਹਵਨ ਕੁੰਡ ਬਣਾਇਆ ਗਿਆ ਸੀ ਜਿਹਦੇ ਵਿੱਚ ਸਭ ਫਤੇ ਸਿੰਘ ਨੇ ਇਹ ਉਦੋਂ ਦਾਵਾ ਕੀਤਾ ਸੀ ਕਿ ਮੈਂ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਦਿਆਂਗਾ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਲੇਕਿਨ ਪਹਿਲੇ ਮਰਨ ਵਰਤਾ ਮੈਨੂੰ ਬਰਾਬਰ ਯਾਦ ਨਹੀਂ ਦੂਸਰੇ ਮਰਨ ਵਿੱਚ ਜੋ ਪਹਿਲਾ ਤੋਂ ਮਰਨ ਵਰਤ ਰੱਖੇ ਸੀ ਉਹਦੇ ਉਹ ਮਰਨ ਵਰਤ ਸਰਦਾਰ ਹੁਕਮ ਸਿੰਘ ਉਦੋਂ ਸਾਡੀ ਪਾਰਲੀਮੈਂਟ ਦੇ ਸਪੀਕਰ ਹੁੰਦੇ ਸੀ ਲੋਕ ਸਭਾ ਦੇ ਉਹ ਇੱਕ ਸਪੈਸ਼ਲ ਮੈਸੇਜ ਲੈ ਕੇ ਆਏ ਸੀ ਦਿੱਲੀ ਸਰਕਾਰ ਦਾ ਔਰ ਉਹ ਗੱਲਬਾਤ ਤੋਂ ਬਾਅਦ ਉਹ ਮਰਨ ਵਰਤ ਤੋੜਿਆ ਗਿਆ ਸੀ ਲੇਕਿਨ ਬਹੁਤ ਬਦਨਾਮੀ ਵੀ ਹੋਈ ਸਤਪਤੇ ਸਿੰਘ ਦੀ ਲੋਕਾਂ ਨੂੰ ਕਈਆਂ ਲੋਕਾਂ ਨੇ ਕਿਹਾ ਵੀ ਠੀਕ ਹੈ ਸਟਰਗਲ ਚ ਉਹ ਦੋਵਾਂ ਕਦੇ ਮੱਗੇ ਇੱਕ ਕਦਮ ਪਿੱਛੇ ਹੁੰਦਾ ਰਹਿੰਦਾ ਹੈ ਲੇਕਿਨ ਕੰਟਰੋਵਰਸੀ ਜ਼ਰੂਰ ਹੋਈ ਸੀ ਖੈਰ ਉਸ ਤੋਂ ਬਾਅਦ 1969 ਵਿੱਚ 1966 ਦੀ ਪੰਜਾਬੀ ਸੂਬਾ ਵੰਡ ਵੇਲੇ ਜਿਹੜੀਆਂ ਕੁਝ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਸੀ ਔਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਸੀ ਔਰ ਸਾਰੀਆਂ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਪੰਜਾਬੀ ਬੋਲਦੇ ਇਲਾਕੇ ਜਿਨ੍ਹਾਂ ਵਿੱਚ ਅਬੋਹਰ ਇਸ ਕਿਸਮ ਦੇ ਇਲਾਕੇ ਸ਼ਾਮਲ ਸੀ ਉਹ ਪੰਜਾਬ ਨੂੰ ਦਿੱਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਜਦੋਂ ਸਤਪਤੇ ਸਿੰਘ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਤਾਂ ਇੱਕ ਮਹੌਲ ਸੀਨੀਅਰ ਆ ਕਾਮਨ ਲੀਡਰ ਦੇ ਸੀ ਪਹਿਲਾਂ ਅਕਾਲੀ ਦਲ ਬੜੇ ਸਰਗਰਮ ਰਹੇ ਬਾਤ ਪਹਿਲਾ ਸਭ ਤੋਂ ਪਹਿਲਾਂ ਕਾਂਗਰਸ ਨਾਲ ਸੰਗ੍ਰਾਮ ਰਹਾ ਹੈ ਆਜ਼ਾਦੀ ਦੀ ਮੂਮੰਤ ਤੋਂ ਪਹਿਲਾਂ 1947 ਤੋਂ ਪਹਿਲਾਂ ਫਿਰ ਥੋੜਾ ਸਮਾਂ ਅਕਾਲੀਏ ਨਾਲ ਵੀ ਰਹੇ ਲੇਕਿਨ ਫਿਰ ਕਾਂਗਰਸ ਨਾਲ ਉਹਨਾਂ ਦੀ ਨੇੜਤਾ ਵਧਦੀ ਗਈ ਉਹਨਾਂ ਦਾ ਨਾਮ ਸੀ ਮਹਾਨ ਸਖਸ਼ੀ ਇਹਦਾ ਨਾਮ ਦਰਸ਼ਨ ਸਿੰਘ ਫਿਰੂਮਾਨ ਅੰਮ੍ਰਿਤਸਰ ਦੇ ਨੇੜੇ ਪੈਡ ਉਹਨਾਂ ਦਾ ਫਿਰੂਮਾਨ ਉਹ ਉਹਨਾਂ ਨੇ ਆਪਣੇ ਨਾਂ ਨਾਲ ਲਗਾਇਆ ਇਹ ਗੱਲ 1969 ਦੀ ਮੈਨੂੰ ਇਸ ਕਰਕੇ ਯਾਦ ਹੈ ਕਮਾਇਰੋ ਪੰਜਾਬ ਯੂਨੀਵਰਸਿਟੀ ਇਵਨਿੰਗ ਕਾਲਜ ਦਾ ਸਟੂਡੈਂਟ ਸੀ ਔਰ ਸਾਡੀ ਜਿਹੜੀ ਸਟੂਡੈਂਟ ਲੀਡਰ ਕਰ ਯੂਨੀਅਨ ਸੀ ਐਸੋਸੀਏਸ਼ਨ ਉਹਦੇ ਮੈਂ ਲੀਡਰਾਂ ਚ ਇੱਕ ਸੀ ਉਸ ਜ਼ਮਾਨੇ ਚ 10 12 ਵੱਡੇ ਲੀਡਰ ਸੀ ਸਾਡੇ ਨਾਲ ਬਹੁਤ ਬਾਸਤਾ ਬਹੁਤ ਵੱਡੇ ਆਦਮੀ ਬਣ ਗਏ ਸਾਰੇ ਲੇਕਿਨ ਸਟੂਡੈਂਟਸ ਨੇ ਵੀ ਪਹਿਲੀ ਵਾਰੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਦਰਸ਼ਨ ਸਿੰਘ ਫਿਰੂਮਾਨ ਦੇ ਮਰਨ ਵਰਤ ਦੀ ਹਮਾਇਤ ਕੀਤੀ ਸੀ ਹਮਾਇਤ ਇਸ ਲਈ ਨਹੀਂ ਕਿ ਉਹ ਮਰ ਜਾਣ ਹਮਾਇਤ ਇਹ ਕੀਤੀ ਸੀ ਕਿ ਇਸ ਤੋਂ ਪਹਿਲਾਂ ਕਿ ਇਸ ਬਜ਼ੁਰਗ ਲੀਡਰ ਨੂੰ ਉਦੋਂ ਉਹਨਾਂ ਦੀ ਉਮਰ 84 ਸਾਲ ਸੀ 84 ਇਅਰਸ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀ ਉਮਰ ਅਸੀਂ ਸਟੂਡੈਂਟਸ ਨੇ ਪੰਜਾਬ ਪੜ੍ਹ ਦੇ ਸਟੂਡੈਂਟ ਖਾਲੀ ਯੂਨੀਵਰਸਿਟੀ ਨਹੀਂ ਪੂਰੇ ਪੰਜਾਬ ਪੜ੍ਹ ਦੇ ਸਟੂਡੈਂਟਸ ਨੇ ਇਹ ਇੱਕ ਬਹੁਤ ਵੱਡੀ ਮੂਵਮੈਂਟ ਚਲਾਈ ਪੂਰੇ ਪੰਜਾਬ 'ਚ ਹੜਤਾਲਾਂ ਕੀਤੀਆਂ ਮੁਜ਼ਾਰੇ ਕੀਤੇ ਸੜਕਾਂ ਤੇ ਉਤਰੇ ਕਈ ਜਗ੍ਹਾ ਤੇ ਤੋੜਪੋੜ ਵੀ ਹੋਈ ਅਸੀਂ ਸਰਕਾਰ ਤੋਂ ਗੈਨੀ ਜ਼ੈਲ ਸਿੰਘ ਚੀਫ ਮਿਨਿਸਟਰ ਹੁੰਦੇ ਸੀ ਦਸੀਪ ਤੇ ਗਿਲ ਹੋਮ ਮਿਨਿਸਟਰ ਸੀ ਅਮਰਾਉ ਤੇ ਐਜੂਕੇਸ਼ਨ ਮਿਨਿਸਟਰ ਸੀ ਤੇ ਅਸੀਂ ਇਹਨਾਂ ਤੋਂ ਮੰਗ ਦੇ ਕਰਦੇ ਸੀ ਕਿ ਇਸ ਤੋਂ ਪਹਿਲਾਂ ਕਿ ਸਾਡੇ ਬਜ਼ੁਰਗ ਨੇਤਾ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੂੰ ਕੋਈ ਨੁਕਸਾਨ ਹੋਵੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉਹਨਾਂ ਦੀ ਜਾਇਜ਼ ਭਗ ਮੰਨ ਲਵੇ ਲੇਕਿਨ ਤੁਹਾਨੂੰ ਪਤਾ ਹੈ ਸਰਕਾਰਾਂ ਦੇ ਕੰਮ ਸਟੂਡੈਂਟਸ ਕੱਲੇ ਕੀ ਕਰ ਸਕਦੇ ਆ ਪੂਰਾ ਪੰਜਾਬ ਵੀ ਨਾਲ ਸੀ ਬਹੁਤ ਲੋਕ ਜੇਲਾ ਚ ਗਏ ਲੇਕਿਨ ਅਪੀਲਾਂ ਹੋਈਆਂ ਦਿੱਲੀ ਦੀ ਸਰਕਾਰ ਨੇ ਵੀ ਅਪੀਲ ਕੀਤੀ ਪੰਜਾਬ ਦੀਆਂ ਸਰਕਾਰਾਂ ਨੇ ਅਪੀਲ ਕੀਤੀ ਲੀਡਰਾਂ ਨੇ ਦਰਪੰਤ ਸਿੰਘ ਫੇਰੂਮਾਨ ਉਹਨਾਂ ਨੂੰ ਉਸ ਸਮੇਂ ਉਹ ਅਮਰਤਸਰ ਦੀ ਸੈਂਟਰਲ ਜੇਲ੍ਹ ਚ ਬੰਦ ਸੀ ਜਦੋਂ ਉਹਨਾਂ ਨੇ ਇਹ एलान ਕੀਤਾ ਸੀ ਕਿ ਮੈਂ ਮਰਨ ਵਰਤ ਰੱਖਾਂਗਾ ਤਾਂ ਉਸ ਤੋਂ ਪਹਿਲਾਂ ਉਹਦੇ ਨਾਲ ਮਿਲਦੇ ਜੁਲਦੇ ਕੇਸਾ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਦਰਤ ਤੋਂ ਫੇਰੂ ਮਾਨੋਣੀ ਪਹਿਲੀ ਵਾਰੀ ਅਰੈਸਟ ਨਹੀਂ ਸੀ ਹੋਈ 1921 ਵਿੱਚ ਜਦੋਂ ਸਿੱਖ ਸੁਧਾਰ ਮੂਵਮੈਂਟ ਚੱਲੀ ਸੀ ਪੰਜਾਬ ਜਦੋਂ ਗੁਰਦੁਆਰਿਆਂ ਦੇ ਸੁਧਾਰ ਕਰਨੇ ਸੀ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਲੰਬਾ ਤੜਾ ਹਿੱਸਾ ਲਿਆ ਸੀ ਉਸ ਤੋਂ ਬਾਅਦ ਜੋ ਅਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਆਪਣੇ ਕਬਜ਼ੇ ਚ ਲੈ ਲੀਆਂ ਸੀ ਤਾਂ ਬਹੁਤ ਵੱਡੀ ਮੂਵਮੈਂਟ ਚੱਲੀ ਸੀ ਕਿ ਚਾਬੀਆਂ ਵਾਪਸ ਲਈਆਂ ਜਾਣ ਉਹਦੇ ਵਿੱਚ ਵੀ ਦਰਸ਼ਪਤ ਸਿੰਘ ਫੇਰੂਮਾਨ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਜੇਲ ਵੀ ਕੱਟੀ ਉਸ ਤੋਂ ਬਾਅਦ 1944 ਵਿੱਚ 1924 ਵਿੱਚ ਉਹ ਬਾਹਰ ਜਾਂਦੇ ਨੇ ਔਰ ਉੱਥੇ ਜਾ ਕੇ ਵੀ ਉਹ ਇੰਡੋਨੇਸ਼ੀਆ ਗਏ ਸੀ ਮੇਰਾ خیال ਉੱਥੇ ਜਾ ਕੇ ਵੀ ਉਹਨਾਂ ਨੇ ਸਿੱਖਾ ਲੀਆਂ ਮਾਂ ਗਾਂਧੀ ਜਦੋਂ ਗੱਲ ਕੀਤੀ ਉੱਥੇ ਵੀ ਜੇਲ੍ਹ ਭੋਗਤੀ ਕਹਿਣਾ ਮਤਲਬ ਕਿ ਕਈ ਵਾਰੀ ਜ਼ਿੰਦਗੀ ਚੋ ਜੇਲ੍ਹ ਭੋਗਤ ਕੇ ਆ ਚੁੱਕੇ ਸੀ ਫਿਰ ਆਜ਼ਾਦੀ ਦੀ ਮੂਵਮੈਂਟ ਵਿੱਚ ਅ ਅਗਰੇਜ਼ਾਂ ਤੋਂ ਕੁਇਟ ਇੰਡੀਆ ਮੂਵਮੈਂਟ ਜਿਹੜੀ ਸੀ ਉਹਦੇ ਚ ਵੀ ਸ਼ਾਮਲ ਲਿਆ ਅਗਰੇਜ਼ਾਂ ਦੇ ਕਲਾਬ ਫਿਰ ਜੇਲਾ ਕੱਟਿਆ ਬਹੁਤ ਤਕਰੀਬਨ 13 14 ਸਾਲ ਉਹ ਸਖਸ਼ ਹਿੰਦੁਸਤਾਨ ਦੀ ਆਜ਼ਾਦੀ ਔਰ ਉਸ ਤੋਂ ਬਾਅਦ ਪੰਜਾਬੀ ਸੂਬੇ ਲਈ ਲਗਾਤਾਰ ਜਦੋਂ ਜਹਾਜ਼ ਕਰਦੇ ਰਹੇ ਅਚਾਨਕ 1970 ਵਿੱਚ ਜਦੋਂ ਇਹ ਮਰਨ ਵਰਤ ਦਾ ਫੈਸਲਾ ਕਰਦੇ ਨੇ ਕਿ ਅਗਰ ਸਾਡੀਆਂ ਪੰਜਾਬੀ ਬੋਲਦੇ ਇਲਾਕੇ ਤੇ ਖਾਸ ਤੌਰ ਤੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਤਾਂ ਮੈਂ ਆਪਣਾ ਮਰਨ ਵਰਤ ਰੱਖਾਂਗਾ ਔਰ ਤੋੜਾਂਗਾ ਨਹੀਂ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਸੀ ਮੈਨੂੰ ਯਾਦ ਹੈ ਅੱਜ ਤੱਕ ਕਿ ਪਹਿਲਾਂ ਜਿਹੜੇ ਲੋਕਾਂ ਨੇ ਜਿਹੜੇ ਲੀਡਰਾਂ ਨੇ ਮਰਨ ਵਰਤ ਰੱਖਿਆ ਲੇਕਿਨ ਛੱਡ ਕੇ ਚਲੇ ਗਏ ਉਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਸੀ ਬੰਦੇ ਨੂੰ ਆਪਣੇ ਜੋ ਕਤਲ ਤੇ ਕਰਨੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਜਿਵੇਂ ਇੱਕ ਪੁਰਾਣੀ ਕਹਾਵਤ ਨਹੀਂ ਹੈ ਇੱਕ ਪਾਰਟ ਹੈ ਸਾਡੇ ਇਤਿਹਾਸ ਦਾ ਇਤਿਹਾਸ ਦਾ ਜਾਨ ਜਾਏ ਪਰ ਬਚਰ ਨਾ ਜਾਏ ਇਹਨਾਂ ਨੇ ਉਹੀ ਕੰਮ ਕਰਕੇ ਦਿਖਾਇਆ 74 ਦਿਨ ਲੰਬੀ ਉਹ ਇਹਨਾਂ ਦੀ ਭੁੱਖ ਹੜਤਾਲ ਚੱਲੀ ਮਰਨ ਵਰਤ ਜੜਨ ਰੱਖਿਆ ਸੀ ਕਿ ਮੈਂ ਕੁਝ ਖਾਵਾਂਗਾ ਨਹੀਂ ਪੀਵਾਂਗਾ ਨਹੀਂ ਬੜੀ ਵਾਰੀ ਡਾਕਟਰਾਂ ਨੇ ਚੈੱਕਅਪ ਕੀਤਾ ਹਾਲਤ ਖਰਾਬ ਹੋਈ ਫੋਰਸ ਫੀਡਿੰਗ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਦਾਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਕੋਈ ਬਾਹਰ ਦੀ ਚੀਜ਼ ਨਹੀਂ ਖਾਦੀ ਆਪਣੀ ਗੱਲ ਤੇ ਅੜੇ ਰਹੇ ਹਸਪੀਟਲ ਵੀ ਜੋ ਲੈ ਕੇ ਜਾਇਆ ਗਿਆ ਤੇ ਨਾਲੇ ਕਿਸੇ ਕਿਸਮ ਦੀ ਟ੍ਰੀਟਮੈਂਟ ਨਾਲ ਤੋਂ ਨਾ ਕਰ ਦਿੱਤਾ 15 ਅਗਸਤ ਮੈਨੂੰ ਯਾਦ ਹੈ 1969 ਵਿੱਚ ਉਹਨਾਂ ਨੇ ਆਪਣੀ ਕੇ ਜਿਹਨੂੰ ਪਹਿਲਾਂ ਬੁਨਿਆਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਮਰਨ ਵਰਤ ਵਾਲੀ ਨਾ ਖਾਣ ਪੀਣ ਦਾ ਫੈਸਲਾ ਉਹ ਦੇਖ ਲੋ ਕਿੰਨੀ ਕੁਰਬਾਨੀ ਕਿੰਨਾ ਜਜ਼ਬਾ ਹੋਏਗਾ ਉਹਨਾਂ 'ਚ ਔਰ ਕਿੰਨਾ ਦ੍ਰਿੜ ਸੰਕਲਪ ਹੋਏਗਾ ਕਿ 84 ਸਾਲ ਦੀ ਉਮਰ ਦਾ ਬੰਦਾ 74 ਦਿਨ ਤੱਕ ਭੁੱਖਾ ਰਹਿ ਕੇ ਆਖਿਰ 74 ਦਿਨਾਂ ਬਾਅਦ ਨਵੰਬਰ ਦੇ ਮਹੀਨੇ 'ਚ ਉਹਨਾਂ ਦਾ ਸ਼ਹੀਦੀ ਪ੍ਰਾਪਤ ਕਰਦੇ ਨੇ ਔਰ ਪੰਜਾਬ ਤੇ ਗੁੱਸਾ ਇਨਾ ਸੀ ਕਿ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਪੂਰਾ ਪੰਜਾਬ ਰਬ ਜਿਹਨੂੰ ਕਹਿੰਦੇ ਆਪਾਂ ਜਿਵੇਂ ਕੋਈ ਲਾਵਾ ਫੜਦਾ ਹੈ ਜ਼ਮੀਨ ਦੇ ਥੱਲੇੋਂ ਕੋਈ ਪਚਾੜ ਆਉਂਦਾ ਹੈ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਹੋਣਾ ਨਾ ਤਾਂ ਅੱਜ ਸਾਡੇ ਕੋਈ ਜਿਹੜੇ ਸੀਨੀਅਰ ਲੋਕ ਨੇ ਉਹ ਸਾਡੀ ਨਵੀਂ ਜਨਰੇਸ਼ਨ ਨੂੰ ਆਪਣਾ ਕੋਈ ਇਤਿਹਾਸ ਦੱਸਦੇ ਆ ਨਾਉ ਨਾ ਲੋਕੋ ਛੋਕੜੋ ਤੋਂ ਜਾਣੂ ਕਰਾਉਂਦੇ ਆ ਔਰ ਨਾ ਹੀ ਸੋਸ਼ਲ ਮੀਡੀਆ ਕੋਈ ਇਹ ਜੀ ਗੱਲ ਪੰਜਾਬ 'ਚ ਕਰਦਾ ਕਿ ਸਾਡੀ ਨਵੀਂ ਜਨਰੇਸ਼ਨ ਲੋਕੋ ਹੀ ਸਾਡੀਆਂ ਪੁਰਾਣੀਆਂ ਕੁਰਬਾਨੀਆਂ ਤੋਂ ਪੁਰਾਣੇ ਸੱਚੇ ਸਾਰਤਕ ਲੀਡਰਾਂ ਤੋਂ ਕੋਈ ਸੇਧ ਮਿਲੇ ਤੋਂ ਇਸ ਕਰਕੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਆਪਣੀ ਚੈਨਲ ਦੇ ਥਰੂ ਕਿ ਮੈਂ ਆਪਣੇ ਪੰਜਾਬ ਪੰਜਾਬ ਵਾਸੀਆਂ ਨੂੰ ਪੰਜਾਬੀ ਭਾਵਨਾ ਨੂੰ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਉਹਨਾਂ ਚੀਜ਼ਾਂ ਤੋਂ آگਵਤ ਕਰਾਵਾ ਜਾਣੂ ਕਰਾਵਾ ਜਿਹੜੀਆਂ ਅਸੀਂ ਆਪਣੇ ਸਮੇਂ 'ਚ ਦੇਖੀਆਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਤੁਹਾਨੂੰ ਹਰ ਜਗ੍ਹਾ ਮਿਲ ਜਾਣਗੀਆਂ ਚੰਗੀਆਂ ਗੱਲਾਂ ਨਹੀਂ ਕਿਤੇ ਮਿਲਦੀਆਂ ਕੋਈ ਦੱਸਦਾ ਨਹੀਂ ਕੋਈ ਇਤਿਹਾਸ ਨਹੀਂ ਪੜਾਉਂਦਾ ਔਰ ਇਹ ਇਤਿਹਾਸ ਅਜੂਕੇ ਪੰਜਾਬ ਨਾਲ ਜੁੜਿਆ ਹੋਇਆ ਹੈ ਜੇ ਸਰਦਾਰ ਦਰਸ਼ਨ ਤੇ ਫੇਰੂਮਾਨ ਵਰਗੇ ਲੋਕ ਆਪਣੀਆਂ ਕੁਰਬਾਨੀਆਂ ਨਾ ਦਿੰਦੇ ਤਾਂ ਇਹ ਪੰਜਾਬ ਜੋ ਅੱਜ ਜਿੱਥੇ ਅਸੀਂ ਵਸੇ ਜਾਂ ਸਾਡਾ ਇੱਕ ਮжоਰਿਟੀ ਸਟੇਟ ਬਣਿਆ ਪੰਜਾਬੀਆਂ ਦਾ ਉਹ ਨਹੀਂ ਫਿਭਣ ਸਕਣਾ खैर ਜਦੋਂ ਹੀ ਇਸ ਗੁਨਾਦੀ ਸ਼ਹਾਦਤ ਦੀ ਗੱਲ ਬਾਹਰ ਨਿਕਲਦੀ ਹੈ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਟੈਸਟ ਸ਼ੁਰੂ ਹੋਇਆ ਅਸੀਂ ਸਾਡੀਆਂ ਸਟੂਡੈਂਟ ਜਥੇਬੰਦੀਆਂ ਨੇ ਪੂਰਾ ਪੰਜਾਬ ਬੰਦ ਦਾ ਐਲਾਨ ਕੀਤਾ ਉਸ ਨਾਲ ਲੱਭ ਚੱਧੀ ਕਰਦੇ ਸਾਰੇ ਕਾਲਜ ਬੰਦ ਕਰਵਾਏ ਅਸੀਂ ਜਾ ਜਾ ਕੇ ਇੱਕ ਇੱਕ ਕਾਲਜ ਜਾ ਕੇ ਉੱਥੇ ਦੇ ਸਟੂਡੈਂਟ ਦੀਆਂ ਮਿੰਤਾ ਕਰਕੇ ਕਿ ਸਾਡੇ ਲਈ ਇੱਕ ਬਜ਼ੁਰਗ ਨੇ ਆਪਣੀ ਜਾਨ ਦੇ ਦਿੱਤੀ ਔਰ ਸਾਨੂੰ ਉਦੋਂ ਤੱਕ ਚੁੱਪ ਕਰਕੇ ਨਹੀਂ ਬਹਿਣਾ ਚਾਹੀਦਾ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਮੰਨ ਨਹੀਂ ਲੈਂਦੀ ਖੈਰ ਪੂਰੇ ਪੰਜਾਬ ਵਿੱਚ ਇਹ ਮੂਵਮੈਂਟ ਫੈਲੀ ਔਰ ਸਟੂਡੈਂਟ ਇਨਏ ਗੁੱਸੇ ਸੀ ਕਿ ਕਈ ਜਗ੍ਹਾ ਤੇ ਉਹਨਾਂ ਨੇ ਕਰੋੜ ਵੀ ਆਪਣੇ ਹੱਥ ਚ ਲੈ ਲਿਆ ਜਿਵੇਂ ਜਗਰਾਉਂ ਮੋਗਾ ਦੋ ਸਿਟੀ ਖਾਸ ਤੌਰ ਤੇ ਜਗਰਾਉਂ ਤੇ ਇੱਕ ਸਿਰ ਮੈਨੂੰ ਅਗ ਲਾਈ ਗਈ ਬੋਗੇ ਵੀ ਸੈਦਿਕ ਸਿਰ ਮੈਨੂੰ ਅਗ ਲਾਈ ਗਈ ਪੁਲਿਸ ਨੇ ਫਾਇਰਿੰਗ ਕੀਤੀ ਸਟੂਡੈਂਟ ਮਾਰੇ ਗਏ ਬੋਗੇ ਵੀ ਮਾਰੇ ਗਏ ਔਰ ਜਗਰਾਉਂ ਚ ਵੀ ਮਾਰੇ ਗਏ ਉਸ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਹੋਰ ਭੜ ਗਿਆ ਕਰਦੇ ਰਹੇ 42 ਦਿਨ ਤੱਕ ਉਹ ਸਟ੍ਰਾਈਕ ਪੂਰੇ ਪੰਜਾਬ ਚ ਸਟੂਡੈਂਟ ਦੀ ਚੱਲੀ ਸਾਡੀ ਪੰਜਾਬ ਯੂਨੀਵਰਸਿਟੀ 42 ਦਿਨ ਬੰਦ ਰਹੀ ਸਾਡੇ ਸਮਿਤ 10 ਸਟੂਡੈਂਟਸ ਨੂੰ ਉਸ ਮੂਮੈਂਟ ਵੇਲੇ ਜੂਨ ਰਸਤੀ ਜੋ ਕੱਢ ਦਿੱਤਾ ਗਿਆ ਜਿਹਨੂੰ ਰਸਤੀ ਘੇਟ ਕਹਦੇ ਆ ਬਾਅਦ ਤੁਸੀਂ ਕੋਟ ਕਚਾਰੀਆਂ ਦੇ ਆਰਡਰ ਲੈ ਕੇ ਵਾਪਸ ਆਏ ਔਰ ਆਪਣੀ ਪੜ੍ਹਾਈ ਚાલુ ਰੱਖੀ ਔਰ ਇਨਾ ਮਤਲਬ ਗੁੱਸਾ ਸੀ ਸਟੂਡੈਂਟ ਕਿ 42 ਦਿਨ ਤੱਕ ਚੱਲਣ ਤੋਂ ਬਾਅਦ ਵੀ ਉਸਨੂੰ ਖਾਲੀ ਕਰਵਾ ਲਏ ਗਏ ਜੂਨ ਰਸਤੀ ਖਾਲੀ ਕਰਵਾ ਲਈ ਗਈ ਐਜੂਕੇਸ਼ਨ ਮਿਨਿਸਟਰ ਮੈਸਰ ਕੇ ਨਾਮ ਪਹਿਲਾ ਲੈ ਸੀ ਅਮਰਾਉ ਸਿੰਘ ਅਸੀਂ ਕਿਹਾ ਸੀ ਸਰਕਾਰ ਨੂੰ ਮਿਲਣ ਨਹੀਂ ਜਾਣਾ ਜੇ ਸਾਡੀਆਂ ਗੱਲਾਂ ਸਾਡੀਆਂ ਕਾਦੀਆਂ ਸੀ ਗੱਲਾਂ ਤਾਂ ਡਿਮਾਂਡਸ ਤਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀਆਂ ਸੀ ਤੇ ਸਾਨੂੰ ਐਜੂਕੇਸ਼ਨ ਮਿਨਿਸਟਰ ਸਾਡੇ ਯੂਨੀਵਰਸਿਟੀ ਕੈਂਪਸ ਚ ਆ ਕੇ ਮੀਟਿੰਗ ਕਰਕੇ ਜਾਂਦੇ ਹੁੰਦੇ ਸੀ ਤੇ ਅਸੀਂ ਸਰਕਾਰੀ ਗੱਡੀ ਅੰਦਰ ਨਹੀਂ ਸੀ ਆਉਣ ਦਿੰਦੇ ਪੁਲਿਸ ਦੀ ਗੱਡੀ ਅੰਦਰ ਨਹੀਂ ਸੀ ਆਉਣ ਦਿੰਦੇ ਉਹਨਾਂ ਨੂੰ ਪੈਦਲ ਚੱਲ ਕੇ ਗੇਟ ਤੋਂ ਸਾਡੇ ਹਸਪੀਟਲ ਤੱਕ ਆਉਣਾ ਪੈਂਦਾ ਸੀ ਮੀਟਿੰਗਸ ਕਰਨ ਲਈ ਹਰ ਆਲਟੀਮੇਟਲੀ ਜਦੋਂ ਮੌਤ ਹੋ ਗਿਆ ਲੰਬਾ ਸਮਾਂ 42 ਦਿਨ ਬਹੁਤ ਹੁੰਦੇ ਨੇ ਸਟੂਡੈਂਟ ਸਟ੍ਰਾਈਕ ਦੇ ਫਿਰ ਇੱਕ ਇੱਕ ਕਰਕੇ ਸਟੂਡੈਂਟ ਯੂਨੀਅਨ ਨਾਲ رابطہ ਰੱਖ ਕੇ ਗੱਲ ਕਰਕੇ ਪੂਰਾ ਜੋ ਤਰ ਪਤਾ ਯਾਰ ਹਰ ਚੀਜ਼ ਦਾ ਕੋਨਾ ਕੋਈ ਹਲ ਕੱਢਣਾ ਪੈਂਦਾ 42 ਦਿਨਾਂ ਬਾਅਦ ਉਹ ਸਟ੍ਰਾਈਕ ਖਤਮ ਹੋਈ ਜੋ ਸਟੂਡੈਂਟ ਦੇ ਕੇਸ ਬੜੇ ਸੀ ਉਸ ਸਰਕਾਰ ਨੇ ਵਾਪਸ ਲਏ ਮੋਗੇ ਵੀ ਜਗਰਾਓ ਵੀ ਔਰ ਪੰਜਾਬ ਦੇ ਅਰੜ ਸ਼ਹਿਰਾਬੇ ਬੜੀ ਸਟੂਡੈਂਟ ਲੀਡਰਸ ਦੀ ਇੱਕ ਨਵੀਂ ਕਰੀਮ ਜਿਹਨੂੰ ਕਹਦੇ ਆ ਨਵੀਂ ਪਨੀਰੀ ਉਸ ਮੂਮੈਂਟ ਤੋਂ ਨਿਕਲ ਕੇ ਆਈ ਜਿਵੇਂ 1975 ਦੀ ਐਮਰਜੈਂਸੀ ਤੋਂ ਬਾਅਦ ਇੱਕ ਲੀਡਰਸ਼ਿਪ ਨਵੀਂ ਖੜੀ ਹੋਈ ਸੀ ਜਿਵੇਂ ਚਾਦਰ ਚੇਕਰ ਦੂਸਰੇ ਇਹ ਸਾਰੇ ਲੋਗ ਆਏ ਉਸੇ ਤਰ੍ਹਾਂ ਲਾਲੂ ਯਾਦਵ ਵਰਨ ਜੈ ਤ੍ਰਿਭੇੜੇ ਜਿੰਨੇ ਮਰਜੀ ਨਾਮ ਲੈ ਲਓ ਉਤੇ ਤਰ੍ਹਾਂ ਪੰਜਾਬ ਚ ਦਰਸ਼ਨ ਸਿੰਘ ਫਿਰੂ ਮਾਨ ਹੋਣਾ ਦੀ ਸ਼ਹਾदत ਤੋਂ ਬਾਅਦ ਇੱਕ ਨਵੀਂ ਪੰਜਾਬ ਦੀ ਲੀਡਰਸ਼ਿਪ ਸਟੂਡੈਂਟ ਦੀ ਯੰਗ ਲੋਕਾਂ ਦੀ ਉੱਭਰ ਕੇ ਸਾਹਮਣੇ ਆਈ ਉਹ ਲੀਡਰ ਅੱਜ ਪੰਜਾਬ ਦੀ ਪੋਲਿਟਿਕਸ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ ਸੋ ਦੋਸਤੋ ਇਹ ਸੀ ਇੱਕ ਇਤਿਹਾਸ ਛੋਟਾ ਜਿਹਾ ਮਰਨ ਵਰਤਦਾ ਔਰ ਮੈਂ ਅਪੀਲ ਕਰਾਂਗਾ ਆਪਣੇ ਲੈਵਲ ਤੇ ਮੈਂ ਬਹੁਤ ਛੋਟਾ ਆਦਮੀ ਆ ਕੋਈ ਛੋਟਾ ਮੂ ਬਡੀ ਗੱਲ ਵੀ ਹੋ ਸਕਦੀ ਆ ਜਗਦੀਸ਼ ਸਿੰਘ ਡਰਲੇਵਾਲ ਹੁਣਾਂ ਕਿ ਉਹ ਪਲੀਜ਼ ਇਸ ਮਰਨ ਵਰਤਤੇ ਅੜੇ ਨਾ ਰਹੇ ਡਿਮਾਂਡ ਮਰਵਾਉਣ ਦੇ ਹੋਰ ਬੜੇ ਰਸਤੇ ਹੁੰਦੇ ਆ ਹੋਰ ਬੜੇ ਤਰੀਕੇ ਹੁੰਦੇ ਆ ਉਹ ਅਪਣਾਓ ਆਪਣੀ ਜਾਨ ਇਹਨਾਂ 2% ਦੇ ਪੋਲਿਟਿਸ਼ੀਅਨ ਜਿਹੜੇ ਨੇ ਲਾਲਚੀ ਲੋਕ ਸੱਤਾਧਾਰੀ ਬਣ ਕੇ ਬੈਠੇ ਆ ਆਪਣੀਆਂ ਆਪਣੀਆਂ ਕੁੰਡਲੀਆਂ ਮਾਰ ਕੇ ਬੈਠੇ ਨੇ ਆਪਣੇ ਆਪਣੇ ਵਿਭਾਗਾ ਤੇ ਆਪਣੇ ਆਪਣੇ ਧੰਦਿਆਂ ਤੇ ਇਹਨਾਂ ਦੀਆਂ ਟਕਰਾਂ ਇਹਨਾਂ ਦੇ ਪਿੱਛੇ ਜਿਹੜੇ ਲੋਕਾਂ 'ਚ ਕੋਈ ਸੂਝ ਨਹੀਂ ਹੈ ਕੋਈ ਸੈਂਸਿਟੀਵਿਟੀ ਨਹੀਂ ਹੈ ਕੋਈ ਕ੍ਰੈਡੀਬਿਲਿਟੀ ਨਹੀਂ ਦਿਨਾਂ ਦੀ ਉਹਨਾਂ ਪਿੱਛੇ ਜਾਣ ਕੋਣੀ ਮੇਰੇ ਹਿਸਾਬ ਨਾਲ ਕੋਈ ਚੰਗੀ ਗੱਲ ਨਹੀਂ ਹੋਏਗੀ ਮੈਂ ਅਪੀਲ ਕਰਦਾ ਹੱਥ ਜੋੜ ਕੇ ਡਲੇਵਾਲ ਸਾਹਿਬ ਨੂੰ ਕਿ ਉਹ ਆਪਣੇ ਫੈਸਲੇ ਤੇ ਬੜਾ ਵਿਚਾਰ ਕਰਨ ਇਹਨੂੰ ਕੋਈ ਇੱਜ਼ਤ ਦਾ ਸਵਾਲ ਨਾ ਬਣਾਉਣ ਕਿਉਂਕਿ ਇਹ ਸਿਸਟਮ ਜਿਹੜਾ ਉਹਨਾਂ ਜਿੰਨੀ ਦੇ ਝੋਲੇ ਰਹਿਣ ਕੇ ਸਿਸਟਮ ਨਾਲ ਲੜਨਗੇ ਚੰਗੇ ਰਿਜ਼ਲਟ ਮਿਲਣਗੇ ਜਾਨ ਗਉਣ ਤੋਂ ਬਾਅਦ ਕੁਝ ਨਹੀਂ ਬਦਲਣਾ ਇਹ ਬੜੀਆਂ ਕਾਲੀਆਂ ਭੇਡਾਂ ਬੜੇ ਪੱਕੇ ਰੰਗਦੀਆਂ ਨੇ ਇਹਨਾਂ 'ਚ ਕੋਈ ਚੇਂਜ ਨਹੀਂ ਆਉਣੀ ਕੋਈ ਇਹਨਾਂ ਦਾ ਸਿਸਟਮ ਨਹੀਂ ਬਦਲਣਾ ਇਹ ਨਿਰਾਸ਼ਾਵਾਦੀ ਗੱਲ ਨਹੀਂ ਐ ਲੇਕਿਨ ਜੋ ਇੰਨਾ ਵੱਡਾ ਪਸਾਰਾ ਫੈਲ ਗਿਆ ਝੂਠ ਦਾ ਹੀਰਾ-ਪੇਰੀਆਂ ਦਾ ਕ੍ਰਾਪਸ਼ਨ ਦਾ ਭਾਈਚਾਰਿਆਂ ਦਾ ਰਿਸ਼ਤੇਦਾਰੀਆਂ ਦਾ ਇਹ ਇਹ ਚੱਕਰ ਬਹੁਤ ਗੰਭੀਰ ਐ ਇਹਦੇ ਲਈ ਲੰਬੀ ਸਟਰਗਲ ਲੜਨ ਦੀ ਲੋੜ ਐ ਸੋ ਮੈਂ ਲੇ ਲੇਵਲ ਸਾਹਿਬ ਨੂੰ ਅਪੀਲ ਕਰੂੰਗਾ ਕਿ ਉਹ ਇੱਕ ਮੂਵਮੈਂਟ ਚਲਾਉਣ ਪੂਰੇ ਪੰਜਾਬ ਵਿੱਚ بجائے ਇਹ ਦੇ ਕਿ ਇੱਕ ਜਗ੍ਹਾ ਤੇ ਬੈਠ ਕੇ ਉਹ ਮਰਨ ਵਰਤੇ ਰਹੇ ਰਹਿ ਸੋ ਇਹੋ ਜਿਹੀਆਂ ਕੁਝ ਗੱਲਾਂ ਜੋ ਮੈਨੂੰ ਚੰਗੇ ਲੱਗਦੀਆਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਉਹ ਮੈਂ ਤੁਹਾਡੇ ਨਾਲ ਸਾਧੀਆਂ ਕਰਦਾ ਰਵਾਂਗਾ ਆਉਣ ਵਾਲੇ ਦਿਨਾਂ ਵਿੱਚ ਇਸੇ ਕਿਸਮ ਦੇ ਹੋਰ ਮਸਲਿਆਂ ਤੇ ਗੱਲਬਾਤ ਕਰਨ ਲਈ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ